ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਡੀਅਰ ਸਟੂਡੈਂਟਸ ਵੈਲਕਮ ਇਨ ਸੰਥਿਆ ਕਲਾਸ ਬੱਚੇ ਟੂਡੇ ਵੀ ਵਿਲ ਸਟਾਰਟ 22nd ਪਾਦੀ ਆਫ ਜਪਜੀ ਸਾਹਿਬ ਲੈਟਸ ਸਟਾਰਟ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਗੁਰੂ ਸਾਹਿਬ ਕਹਿੰਦੇ ਕਿ ਪਾਤਾਲ ਦੇ ਹੇਠਾਂ ਹੋਰ ਵੀ ਕਿੰਨੇ ਪਾਤਾਲ ਨੇ ਆਗਾਸ ਦਾ ਮਤਲਬ ਇੱਥੇ ਆ ਆਕਾਸ਼ ਆਕਾਸ਼ ਦੇ ਉੱਪਰ ਹੋਰ ਵੀ ਲੱਖਾਂ ਆਕਾਸ਼ ਨੇ ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਗੁਰੂ ਸਾਹਿਬ ਕਹਿੰਦੇ ਕਿ ਜਦੋਂ ਇਹ ਪਤਾਲ ਤੇ ਆਕਾਸ਼ ਜਦੋਂ ਇਹਨਾਂ ਦੀ ਹੱਦ ਲੱਭਣ ਜਾਈਏ ਕਿ ਇਹ ਕਿੱਥੇ ਜਾ ਕੇ ਖਤਮ ਹੁੰਦੇ ਨੇ ਆਕਾਸ਼ ਵੱਲ ਅਸੀਂ ਨਿਗਾਹ ਮਾਰੀਏ ਕਿ ਕਿੱਥੇ ਜਾ ਕੇ ਖਤਮ ਹੁੰਦਾ ਤਾਂ ਉਹਦੀ ਕੋਈ ਹੱਦ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਕਿ ਇਹਦਾ ਹੱਦ ਬੰਨਾ ਲੱਭਣ ਲਈ ਇਹਦਾ ਅੰਤ ਲੱਭਣ ਲਈ ਕਿੰਨੇ ਆਨੇ ਕੋਸ਼ਿਸ਼ ਕੀਤੀ ਪਰ ਵੇਦ ਵੀ ਇਹੀ ਕਹਿੰਦੇ ਨੇ ਉਹਨਾਂ ਵਿੱਚ ਵੀ ਇਹੀ ਲਿਖਿਆ ਕਿ ਕਿੰਨੇ ਲੋਕ ਪਰਮਾਤਮਾ ਦਾ ਅੰਤ ਪਾਉਣ ਲਈ ਉਹਦੀ ਦੁਨੀਆ ਬਾਰੇ ਜਾਣਨ ਲਈ ਕਿ ਇਹਦਾ ਅੰਤ ਕਿੱਥੇ ਹੈ ਇਹ ਕਿੱਥੇ ਜਾ ਕੇ ਖਤਮ ਹੁੰਦਾ ਹੈ ਥੱਕ ਗਏ ਨੇ ਪਰ ਉਹਦਾ ਅੰਤ ਨਹੀਂ ਪਾ ਸਕੇ ਸਹਸ 18 ਕਹਿਨ ਕਤੇਬਾ ਅਸਲੂ ਇਕ ਤਾਤ ਬੱਚੇ ਇੱਥੇ ਜੋ ਸ਼ਬਦ ਹੈ ਅਸਲੂ ਇਹਨੂੰ ਕਈ ਬੱਚੇ ਅਸੂਲ ਬੋਲਦੇ ਆ ਸੋ ਸ਼ਬਦਾਂ ਦੇ ਉਚਾਰਨ ਵੇਲੇ ਧਿਆਨ ਨਾਲ ਦੇਖ ਕੇ ਪੜ੍ਹਨਾ ਹੈ ਸਹਿਸ 18 ਕਹਿਨ ਕਤੇਬਾ ਅਸਲੂ ਇਕ ਤਾਤ ਗੁਰੂ ਸਾਹਿਬ ਕਹਿੰਦੇ ਕਿ ਹਜ਼ਾਰਾਂ ਹੀ ਧਾਰਮਿਕ ਗ੍ਰੰਥ ਨੇ ਪਰ ਉਹਨਾਂ ਸ਼ਬਦਾਂ ਸਾਰ ਉਹਨਾਂ ਦਾ ਨਿਚੋੜ ਇੱਕ ਹੀ ਹੈ ਕਿ ਪਰਮਾਤਮਾ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਹੈ ਲੇਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਵਿਨਾਸ਼ ਇਥੇ ਵੀ ਲਾਂ ਤੇ ਦਲਾਂ ਦਾ ਧਿਆਨ ਰੱਖਣਾ ਹੈ ਲਿਖੀ ਹੈ ਦਲਾਵਾ ਲੇਖ ਹੈ ਇਹਨੂੰ ਲੇਖੇ ਨਹੀਂ ਬੋਲਣਾ ਲੇਖ ਹੈ ਲਿਖਿਆ ਹੋਏ ਬਿਨਾਂਸ ਗੁਰੂ ਸਾਹਿਬ ਕਹਿੰਦੇ ਕਿ ਜੇ ਕਿਸੇ ਚੀਜ਼ ਦੀ ਹੱਦ ਹੋਵੇ ਜਿਹਦੇ ਬਾਰੇ ਅਸੀਂ ਜਾਣ ਸਕਦੇ ਹਾਂ ਉਹਦੇ ਬਾਰੇ ਤਾਂ ਲਿਖਿਆ ਜਾਂ ਦੱਸਿਆ ਜਾ ਸਕਦਾ ਪਰ ਜੋ ਹਿਸਾਬ ਕਿਤਾਬ ਮੁੱਕਦਾ ਹੀ ਨਹੀਂ ਜਿਸ ਚੀਜ਼ ਦਾ ਕੋਈ ਅੰਤ ਹੀ ਨਹੀਂ ਹੈ ਉਹਦੇ ਬਾਰੇ ਬਿਆਨ ਕਰਨਾ ਮੁਸ਼ਕਿਲ ਹੈ ਉਦੇ ਬਾਰੇ ਬਿਆਨ ਕਰਨ ਵਾਲਾ ਇਨਸਾਨ ਖੁਦ ਮੁੱਕ ਸਕਦਾ ਪਰ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਗੁਰਸਾਹਿਬ ਕਹਿੰਦੇ ਕਿ हे ਨਾਨਕ ਉਸ ਪਰਮਾਤਮਾ ਨੂੰ ਉਸ ਵੱਡੇ ਪਰਮਾਤਮਾ ਨੂੰ ਜਪ ਉਹਦਾ ਧਿਆਨ ਕਰ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਕਿ ਉਹ ਕਿਵੇਂ ਦਾ ਹੈ ਨਾ ਵੀ ਵਿਲ ਸਟਾਰਟ 23rd ਪੋਡੀ ਸਲਾਹੀ ਸਲਾਹ 31 ਸੁਰਤ ਨ ਪਾਈਆ ਸਲਾਹੀ ਮੀਨਸ ਸਲਾਉਣਾ ਪ੍ਰੇਜ਼ ਕਰਨੀ ਕਿਸੇ ਦੇ ਗੁਣਾ ਬਾਰੇ ਗੱਲ ਕਰਨੀ ਗੁਰੂ ਸਾਹਿਬ ਕਹਿੰਦੇ ਕਿ ਜਿਹੜੇ ਲੋਕ ਪਰਮਾਤਮਾ ਦਾ ਨਾਮ ਜਪਦੇ ਨੇ ਉਹਨੂੰ ਸਲਾਉਂਦੇ ਨੇ ਉਹਦੀ ਵਡਿਆਈ ਕਰਦੇ ਨੇ ਉਹ ਪਰਮਾਤਮਾ ਦਾ ਨਾਮ ਤਾਂ ਜਪ ਰਹੇ ਨੇ ਪਰ ਉਹਨਾਂ ਨੂੰ ਵੀ ਇੰਨੀ ਕੁ ਸਮੇਂ ਨਹੀਂ ਹੈ ਕਿ ਉਹ ਕਿੰਨਾ ਕੁ ਵੱਡਾ 31 ਸੁਰਤ ਨ ਪਾਈਆ ਉਹਨਾਂ ਨੂੰ ਨਹੀਂ ਪਤਾ ਕਿ ਪਰਮਾਤਮਾ ਕਿਹੋ ਜਿਹਾ ਹੈ ਕਿੰਨਾ ਕੁ ਵੱਡਾ ਹੈ ਕਿਵੇਂ ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ ਗੁਰੂ ਸਾਹਿਬ ਕਹਿੰਦੇ ਕਿ ਜਿਵੇਂ ਨਦੀਆਂ ਤੇ ਦਰਿਆ ਜਾ ਕੇ ਸਮੁੰਦਰ ਵਿੱਚ ਮਿਲ ਜਾਂਦੇ ਨੇ ਉਹ ਸਮੁੰਦਰ ਦੇ ਵਿੱਚ ਸਮਾ ਜਾਂਦੇ ਨੇ ਪਰ ਉਹਨਾਂ ਨੂੰ ਸਮੁੰਦਰ ਬਾਰੇ ਨਹੀਂ ਪਤਾ ਕਿ ਉਹ ਕਿੰਨਾ ਕੁ ਵਿਸ਼ਾਲ ਹੈ ਉਹਦਾ ਕਿੰਨਾ ਕੁ ਵਿਸਥਾਰ ਹੈ ਉਹ ਸਮੁੰਦਰ ਨੂੰ ਨਹੀਂ ਸਮਝ ਸਕਦੇ ਪਰ ਉਹ ਸਮੁੰਦਰ ਦੇ ਵਿੱਚ ਸਮਾ ਕੇ ਆਪ ਵੀ ਸਮੁੰਦਰ ਹੀ ਬਣ ਜਾਂਦੇ ਨੇ ਸਮੁੰਦਰ ਦਾ ਹੀ ਹਿੱਸਾ ਬਣ ਜਾਂਦੇ ਨੇ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਗੁਰੂ ਸਾਹਿਬ ਕਹਿੰਦੇ ਕਿ ਇਸ ਦੁਨੀਆ ਵਿੱਚ ਵੱਡੇ ਵੱਡੇ ਬਾਦਸ਼ਾਹ ਸਮੁੰਦਰ ਵਰਗੇ ਵੱਡੇ ਵੱਡੇ ਸ਼ਾ ਪਾਤਸ਼ਾਹ ਨੇ ਗਿਰਹਾ ਸੇਤੀ ਮਾਲ ਧਨ ਜਿਨ੍ਹਾਂ ਕੋਲ ਧਨ ਦੇ ਵੱਡੇ ਵੱਡੇ ਖਜ਼ਾਨੇ ਨੇ ਪਹਾੜਾਂ ਜਿੰਨੇ ਵੱਡੇ ਵੱਡੇ ਢੇਰ ਨੇ ਪਰ ਗੁਰੂ ਸਾਹਿਬ ਕਹਿੰਦੇ ਕੀੜੀ ਤੁਲਨਾ ਹੋਵਣੀ ਜੇ ਇਸ ਮਨੋ ਦਾ ਵਿਸਰ ਹੈ ਗੁਰੂ ਸਾਹਿਬ ਕਹਿੰਦੇ ਕਿ ਇੱਕ ਪਾਸੇ ਵੱਡੇ ਵੱਡੇ ਬਾਦਸ਼ਾਹ ਹੋਣ ਤੇ ਦੂਜੇ ਪਾਸੇ ਇੱਕ ਕੀੜੀ ਜਿਹੜੀ ਰੱਬ ਨੂੰ ਯਾਦ ਕਰਦੀ ਹੈ ਜਿਹਦੇ ਵਿੱਚ ਰੱਬ ਵਸਿਆ ਹੈ ਗੁਰੂ ਸਾਹਿਬ ਕਹਿੰਦੇ ਕਿ ਉਹ ਇੰਨੇ ਵੱਡੇ ਬਾਦਸ਼ਾਹ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੈਗੇ ਬੱਚੇ ਪਹਿਲਾਂ ਅਸੀਂ 25th ਤੱਕ ਸਾਰੀਆਂ ਪੌੜੀਆਂ ਪੜ੍ਹਦੇ ਆਂ ਤੇ ਫਿਰ ਉਹਨਾਂ ਪੌੜੀਆਂ ਦਾ ਇਕੱਠੇ ਉਚਾਰਨ ਕਰਾਂਗੇ ਸਟਾਰਟ 24th ਪੌੜੀ ਅੰਤਨ ਸਿਫਤੀ ਕਹਿਣ ਨਾ ਅੰਤ ਗੁਰੂ ਸਾਹਿਬ ਕਹਿੰਦੇ ਸਿਫਤੀ ਮਤਲਬ ਗੁਣ ਗੁਰੂ ਸਾਹਿਬ ਕਹਿੰਦੇ ਕਿ ਪਰਮਾਤਮਾ ਦੇ ਗੁਣਾ ਦਾ ਕੋਈ ਅੰਤ ਨਹੀਂ ਹੈ ਕਹਿਣ ਨਾ ਅੰਤ ਕਹਿਣ ਨਾਲ ਵੀ ਉਹਦਾ ਅੰਤ ਨਹੀਂ ਪੈ ਸਕਦਾ ਅੰਤ ਨਾ ਕਰਨਾ ਕਰਨਾ ਮੀਨਸ ਕਰਨ ਵਾਲੇ ਕੰਮ ਪਰਮਾਤਮਾ ਜੋ ਕਰਦਾ ਹੈ ਉਹਦੇ ਕੰਮਾਂ ਦਾ ਵੀ ਕੋਈ ਅੰਤ ਨਹੀਂ ਹੈ ਦੇਣ ਨਾ ਅੰਤ ਉਹਦੀਆਂ ਜਿਹੜੀਆਂ ਦਾਤਾਂ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ ਉਹ ਸਾਰੀ ਦੁਨੀਆ ਨੂੰ ਦਾਤਾਂ ਦੇ ਰਿਹਾ ਹੈ ਅੰਤ ਨਾ ਵੇਖਣ ਸੁਣਨ ਨਾ ਅੰਤ ਪਰਮਾਤਮਾ ਹਰ ਜਗ੍ਹਾ ਵੇਖ ਰਿਹਾ ਹੈ ਹਰ ਇੱਕ ਦੇ ਦਿਲ ਦੀ ਗੱਲ ਨੂੰ ਜਾਣਦਾ ਹੈ ਸੁਣ ਰਿਹਾ ਹੈ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨ ਜਾਪੈ ਕਿਆ ਮਨ ਮੰਤ ਗੁਰੂ ਸਾਹਿਬ ਕਹਿੰਦੇ ਉਹਦੇ ਮਨ ਚ ਕੀ ਚੱਲ ਰਿਹਾ ਹੈ ਉਹਦੇ ਮਨ ਦਾ ਕੀ ਮਨੋਰਥ ਹੈ ਉਹ ਅੱਗੇ ਕੀ ਕਰਨ ਵਾਲਾ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਉਹਦੇ ਬਾਰੇ ਵੀ ਨਹੀਂ ਜਾਣਿਆ ਜਾ ਸਕਦਾ ਅੰਤ ਨ ਜਾਪੈ ਕੀਤਾ ਆਕਾਰ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਨੇ ਇਹ ਸਾਰਾ ਆਕਾਰ ਕਿਵੇਂ ਬਣਾਇਆ ਇਹ ਸਾਰੀ ਦੁਨੀਆ ਕਿਵੇਂ ਬਣਾਈ ਇਹਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਅੰਤਨ ਜਾਪੈ ਪਾਰਾਵਾਰ ਪਾਰਾਵਾਰ ਮੀਨਸ ਉਹਦਾ ਟਿਕਾਣਾ ਉਰੀ ਹੱਦ ਕਿੱਥੇ ਉਹ ਖਤਮ ਹੁੰਦਾ ਹੈ ਕਿੱਥੋਂ ਸ਼ੁਰੂ ਹੁੰਦਾ ਹੈ ਉਹਦੇ ਬਾਰੇ ਉਹਦਾ ਵੀ ਕੋਈ ਅੰਤ ਨਹੀਂ ਹੈ ਉਹਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਅੰਤ ਕਾਰਣ ਕੇਤੇ ਬਿਲਲਾਹੇ ਬਿਲਲਾਹੇ ਮੀਨਸ ਤੜਫਦੇ ਨੇ ਵਿਰਲਾਪ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਸਭ ਕੁਝ ਜਾਣਨ ਲਈ ਕਿੰਨੇ ਲੋਕ ਤੜਫਦੇ ਨੇ ਕਿੰਨੀਆਂ ਕੋਸ਼ਿਸ਼ਾਂ ਕਰਦੇ ਆ ਪਰ ਤਾਂ ਕਿ ਅੰਤ ਨ ਪਾਏ ਜਾਹੇ ਉਹਦਾ ਜਿਹੜਾ ਅੰਤ ਹੈ ਨਹੀਂ ਪਾਇਆ ਜਾ ਸਕਦਾ ਇਹੋ ਅੰਤ ਨਾ ਜਾਣੈ ਕੋਈ ਗੁਰੂ ਸਾਹਿਬ ਕਹਿੰਦੇ ਕਿ ਉਹਦੇ ਬਾਰੇ ਕੋਈ ਵੀ ਨਹੀਂ ਜਾਣਦਾ ਬਹੁਤਾ ਕਹੀ ਹੈ ਬਹੁਤਾ ਹੋਏ ਕਹਿੰਦੇ ਜਿੰਨਾ ਅਸੀਂ ਵਿਸਥਾਰ ਨਾਲ ਦੱਸਦੇ ਹਾਂ ਉਹ ਅੱਗੇ ਦੀ ਅੱਗੇ ਹੋਰ ਵੀ ਨਵਾਂ ਨਿਕਲਦਾ ਜਾਂਦਾ ਹੈ ਜਿਹਦੇ ਬਾਰੇ ਸਾਨੂੰ ਪਹਿਲਾਂ ਗਿਆਨ ਨਹੀਂ ਹੁੰਦਾ ਵੱਡਾ ਸਾਹਿਬ ਊਚਾ ਥਾਉ ਪਰਮਾਤਮਾ ਵਿਸ਼ਾਲ ਹੈ ਵੱਡਾ ਹੈ ਊਚਾ ਥਾਉ ਉਹਦਾ ਟਿਕਾਣਾ ਵੀ ਉਹਦਾ ਅਸਣ ਵੀ ਉੱਚਾ ਹੈ ਉੱਚੇ ਉੱਪਰ ਊਚਾ ਨਾਉ ਕਹਿੰਦੇ ਉਹ ਉੱਚਿਆਂ ਤੋਂ ਵੀ ਉੱਚਾ ਹੈ ਸਭ ਤੋਂ ਮਹਾਨ ਹੈ ਏਵਡ ਉੱਚਾ ਹੋਵੇ ਕੋਏ ਏਵਡ ਮੀਨਸ ਇਨਾ ਕਿੰਨੇ ਜੇ ਕੋਈ ਇਨਾ ਵੱਡਾ ਹੋਵੇ ਇਨਾ ਉੱਚਾ ਹੋਵੇ ਜਿੰਨਾ ਵੱਡਾ ਪਰਮਾਤਮਾ ਹੈ ਤਿਸ ਉੱਚੇ ਕੋ ਜਾਣੈ ਸੋਏ ਉਹੀ ਉਹਨੂੰ ਜਾਣ ਸਕਦਾ ਹੈ ਜਿਹੜਾ ਕੋਈ ਉਹਦੇ ਬਰਾਬਰ ਹੋਵੇ ਪਰ ਉਹਦੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਹੈ ਜੇਵਡ ਆਪ ਜਾਣੈ ਆਪ ਆਪ ਜਿਵੇਂ ਦਾ ਉਹ ਆਪ ਹੈ ਜਿੰਨਾ ਵੱਡਾ ਉਹ ਆਪ ਹੈ ਉਹ ਆਪ ਹੀ ਜਾਣਦਾ ਹੈ ਨਾਨਕ ਨਦਰੀ ਕਰਮੀ ਦਾਤ ਗੁਰੂ ਸਾਹਿਬ ਕਹਿੰਦੇ ਕਿ ਨਾਨਕ ਪਰਮਾਤਮਾ ਦੀ ਦਇਆ ਨਾਲ ਹੀ ਜੀਵ ਨੂੰ ਉਹਦੀ ਜਿਹੜੀ ਨਦਰ ਹੈ ਉਹਦੀਆਂ ਜੜੀਆਂ ਬਖਸ਼ਿਸ਼ਾਂ ਨੇ ਮਿਲਦੀਆਂ ਨੇ ਜਿਹਦੇ ਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ ਉਹੀ ਉਹਨੂੰ ਯਾਦ ਕਰਦਾ ਹੈ ਉਹਦਾ ਨਾਮ ਜਪ ਸਕਦਾ ਹੈ ਲੈਸਟਾਰਟ 25th ਪੌੜੀ ਬਹੁਤਾ ਕਰਮ ਲਿਖਿਆ ਨਾ ਜਾਏ ਗੁਰੂ ਸਾਹਿਬ ਕਹਿੰਦੇ ਕਿ ਪਰਮਾਤਮਾ ਦੀਆਂ ਬਖਸ਼ਿਸ਼ਾਂ ਉਦੇ ਕੰਮ ਇੰਨੇ ਜ਼ਿਆਦਾ ਨੇ ਜਿੰਨਾ ਬਾਰੇ ਲਿਖਿਆ ਨਹੀਂ ਜਾ ਸਕਦਾ ਵੱਡਾ ਦਾਤਾ ਪਰਮਾਤਮਾ ਦਾ ਤਾਰ ਹੈ ਸਭ ਨੂੰ ਦਾਤਾਂ ਦੇਣ ਵਾਲਾ ਹੈ ਉਹ ਕਿੰਨਾ ਵੱਡਾ ਦਾਤਾ ਹੈ ਤਿਲ ਨਾ ਤਮਾਏ ਪਰ ਉਹਨੂੰ ਜ਼ਰਾ ਜਿੰਨੀ ਕੁ ਵੀ ਤਮਾ ਨਹੀਂ ਹੈ ਕਿਸੇ ਲਈ ਉਹਦੇ ਮਨ ਵਿੱਚ ਈਰਖਾ ਨਹੀਂ ਹੈ ਕੇਤੇ ਮੰਗਹਿ ਜੋਦ ਅਪਾਰ ਜੋਦ ਮੀਨਸ ਯੋਦੇ ਸੂਰਮੇ ਕਿੰਨੇ ਹੀ ਸੂਰਮੇ ਨੇ ਜਿਹੜੇ ਪਰਮਾਤਮਾ ਦੇ ਦਰ ਤੋਂ ਮੰਗਦੇ ਨੇ ਕੇਤੇ ਸ਼ਬਦ ਦਾ ਅਰਥ ਹੈ ਕਿੰਨੇ ਹੀ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਕੇਤੇ ਆ ਗਣਤ ਨਹੀਂ ਵਿਚਾਰ ਕਿੰਨੇ ਹੀ ਉਹਦੇ ਬਾਰੇ ਸੋਚਦੇ ਨੇ ਸਮਝਦੇ ਨੇ ਉਹਨਾਂ ਦੀ ਵੀ ਗਿਣਤੀ ਨਹੀਂ ਹੈ ਕੇਤੇ ਖੱਪ ਤੋ ਟਹਿ ਵੇਕਾਰ ਕਿੰਨੇ ਜੀਵ ਨੇ ਜਿਹੜੇ ਵਿਚਾਰੇ ਵਿਕਾਰਾਂ ਵਿੱਚ ਹੀ ਖੱਪ-ਖੱਪ ਕੇ ਆਪਣੀ ਜ਼ਿੰਦਗੀ ਸਾਰੀ ਗਲਤ ਪਾਸੇ ਲਾ ਲੈਂਦੇ ਨੇ ਕੇਤੇ ਲੈ ਲੈ ਮੁਕਰ ਪਾਹੇ ਕਿੰਨੇ ਹੀ ਜੀਵ ਅਜਿਹੇ ਵੀ ਨੇ ਜਿਹੜੇ ਪਰਮਾਤਮਾ ਤੋਂ ਦਾਤਾ ਲੈਂਦੇ ਨੇ ਤੇ ਬਾਅਦ ਵਿੱਚ ਮੁੱਕਰ ਜਾਂਦੇ ਆ ਪਰਮਾਤਮਾ ਦਾ ਸ਼ੁਕਰ ਵੀ ਨਹੀਂ ਕਰਦੇ ਕੇਤੇ ਮੂਰਖ ਖਾਈ ਖਾਈ ਕਈ ਅਜਿਹੇ ਵੀ ਮੂਰਖ ਨੇ ਜਿਹੜੇ ਮੰਗੀ ਜਾ ਰਹੇ ਆ ਤੇ ਬਿਨਾਂ ਸਮੇਂ ਤੋਂ ਖਾਈ ਜਾ ਰਹੇ ਆ ਉਹ ਆਪਣੀ ਜ਼ਿੰਦਗੀ ਸਾਰੀ ਇਸ ਪਾਸੇ ਹੀ ਲਾ ਦਿੰਦੇ ਨੇ ਕੇਤੇ ਆ ਦੁੱਖ ਭੂਖ ਸਦਮਾਰ ਗੁਰੂ ਸਾਹਿਬ ਕਹਿੰਦੇ ਕਿ ਜੇ ਪਰਮਾਤਮਾ ਤੋਂ ਇੰਨੀਆਂ ਲੋਕਾਂ ਨੂੰ ਬਖਸ਼ਿਸ਼ਾਂ ਮਿਲਦੀਆਂ ਨੇ ਕਈ ਜੀਵ ਇਹੋ ਜਿਹੇ ਨੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਲੰਘ ਜਾਂਦੀ ਹੈ ਜਿਨ੍ਹਾਂ ਕੋਲ ਹਮੇਸ਼ਾ ਭੁੱਖ ਰਹਿੰਦੀ ਆ ਉਹਨਾਂ ਨੂੰ ਹਮੇਸ਼ਾ ਮਾਰ ਹੀ ਪੈਂਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਇਹ ਭੇ ਦਾਤ ਤੇਰੀ ਦਾਤਾਰ ਕਹਿੰਦੇ ਪਰ हे ਪ੍ਰਮਾਤਮਾ ਇਹ ਵੀ ਤਾਂ ਤੇਰੀ ਦਾਤ ਹੀ ਹੈ ਜੇ ਅਸੀਂ ਸੁੱਖ ਨੂੰ ਦਾਤ ਕਹਿੰਨੇ ਆ ਤਾਂ ਦੁੱਖ ਵੀ ਤਾਂ ਪ੍ਰਮਾਤਮਾ ਦੀ ਹੀ ਦੇਣ ਹੈ ਉਹ ਵੀ ਪ੍ਰਮਾਤਮਾ ਦੀ ਦਾਤ ਹੈ ਬੰਦ ਖਲਾਸੀ ਪਾਣੇ ਹੋਏ ਬੰਦ ਖਲਾਸੀ ਮੀਨਸ ਮੁਕਤੀ ਮੁਕਤੀ ਕੀ ਤੋਂ ਵਿਕਾਰਾਂ ਤੋਂ ਗੁਰਸਾਹਿਬ ਕਹਿੰਦੇ ਕਿ ਜਿਹੜੀ ਇਹ ਵਿਕਾਰਾਂ ਤੋਂ ਮੁਕਤੀ ਹੈ ਉਹ ਵੀ ਪਰਮਾਤਮਾ ਦੇ ਭਾਣੇ ਵਿੱਚ ਪਰਮਾਤਮਾ ਦੇ ਹੁਕਮ ਨਾਲ ਹੀ ਹੁੰਦੀ ਹੈ ਹੋਰ ਆਖ ਨਾ ਸਕਿਆ ਕੋਈ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਹੋਰ ਕੋਈ ਵੀ ਜੀਵ ਇਹਦੇ ਵਿੱਚ ਦਖਲ ਨਹੀਂ ਦੇ ਸਕਦਾ ਜੇ ਕੋ ਖਾਇਕ ਆਖਣ ਪਾਹੇ ਕਹਿੰਦੇ ਜੇ ਕੋਈ ਬੇਵਕੂਫ ਜੇ ਕੋਈ ਮੂਰਖ ਇਹ ਕਹੇ ਕਿ ਮੈਂ ਪਰਮਾਤਮਾ ਦੇ ਬਰਾਬਰ ਹਾਂ ਉਹਦੇ ਵਿੱਚ ਕੋਈ ਦਖਲ ਦੇਣ ਦੀ ਕੋਸ਼ਿਸ਼ ਕਰੇ ਉਹ ਜਾਣੈ ਜੇਤੀਆ ਮੋਖ ਖਾਏ ਉਹੀ ਜੀਵ ਜਾਣਦਾ ਹੈ ਕਿ ਉਹਨੂੰ ਕਿੰਨੀਕ ਮਾਰ ਪੈਂਦੀ ਹੈ ਆਪੇ ਜਾਣੈ ਆਪੇ ਦੇ ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਸਭ ਕੁਝ ਜਾਣਦਾ ਹੈ ਆਪ ਹੀ ਉਹ ਦਾਤਾਂ ਦਿੰਦਾ ਹੈ ਅੱਖ ਹੈ ਸੇ ਭੇ ਕੇਈ ਕੇ ਕਿੰਨੇ ਜੀਵ ਨੇ ਜਿਹੜੇ ਪਰਮਾਤਮਾ ਤੋਂ ਦਾਤਾਂ ਲੈਂਦੇ ਨੇ ਤੇ ਉਹਦਾ ਸ਼ੁਕਰ ਕਰਦੇ ਨੇ ਜਿਸਨੂੰ ਬਖਸ਼ੇ ਸਿਫਤ ਸਲਾਹ ਪਰਮਾਤਮਾ ਜੀ ਨੂੰ ਆਪਣੀ ਸਿਫਤ ਸਲਾਹ ਦੇ ਦਾਤ ਬਖਸ਼ਦਾ ਹੈ ਉਹੀ ਜੀਵ ਪਰਮਾਤਮਾ ਦੇ ਗੁਣ ਗਾਉਂਦੇ ਨੇ ਉਹੀ ਉਹਦਾ ਨਾਮ ਜਪਦੇ ਨੇ ਜਿਨ੍ਹਾਂ ਨੂੰ ਇਹ ਦਾਤ ਬਖਸ਼ਦਾ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ ਏ ਨਾਨਕ ਉਹ ਪਰਮਾਤਮਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਪਾਤਸ਼ਾਹ ਜਿਨੂੰ ਅਸੀਂ ਬਾਦਸ਼ਾਹ ਵੀ ਕਹਿ ਸਕਦੇ ਹਾਂ ਪਰਮਾਤਮਾ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ ਹਾਂਜੀ ਬੱਚੇ ਨਾਉ ਰਿਸਾਈਡ ਦੀਸ 4 ਬਾਡੀਜ਼ ਵਿਦ ਮੀ ਪਾ ਤਾਲਾ ਪਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਨ ਇਕ ਬਾਤ ਸਹਸ ਅਠਾਰਹ ਕਹਿਨ ਕਤੇਬਾ ਅਸਲੂ ਇਕ ਧਾਤ ਲੇਖਾ ਹੋਏ ਤਾ ਲਿਖੀ ਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋ ਨ ਵਿਸਰਹਿ ਅੰਤ ਨ ਸਿੱਤੀ ਕਹਿਣ ਨ ਅੰਤ ਅੰਤ ਨ ਕਰਨੈ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲਾਹੇ ਤਾਂਕੇ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਏਵਡ ਊਚਾ ਹੋਵੈ ਕੋਏ ਤਿਸ ਊਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ તમਾਈ ਕੀਤੇ ਮੰਗਹਿ ਜੋਦ અપਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪਤ ਤਹਿ ਵੇਕਾਰ ਕੀਤੇ ਲੈ ਲੈ ਮੁਕਰਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੂਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇ ਧੀਆ ਮੋਖ ਖਾਇ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕੇਈ ਕੇ ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤਿਸਾਹੀ ਪਾਤਸਾਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ